ਖਾਣਾ ਠੀਕ ਨਾ ਹੋਇਆ ਤਾਂ ਫਿਰ ਮਾੜੀ ਬੇਇੱਜ਼ਤੀ ਹੋ ਜਾਂਦੀ ਹੈ। ਨਾ ਨਾ, ਖਾਣਾ ਇਨਸ਼ਾਅੱਲਾ ਤਾਲੇ ਵਾਸਤੇ ਸਪੈਸ਼ਲ ਸੀ। ਰੈਂਕ ਇਹ ਤਾਂ ਦਾਵਤ ਹੈ ਯਾਰ, ਦਾਵਤ ਹੈ ਕੈਪਟਨ, ਕਿੱਥੇ ਕਾ ਹੋਈ ਸਭ। ਅੱਲਾਹ ਤਾਲਾ ਤੁਸਾਂ ਨੇ ਇਸੇ ਤਰ੍ਹਾਂ ਪਿਆਰ ਮੁਹੱਬਤ ਜੋੜੀ ਰੱਖਿਆ, ਇਸੇ ਤਰ੍ਹਾਂ ਤੁਸਾਂ ਦੀ ਦੋਸਤੀ ਕਾਇਮ ਤੇ ਦائم ਰਵੇ। ਫੇਰ ਵਸਰੀ ਪੀਣਾ ਤਾਂ ਤੁਹਾਡੇ ਸਾਰੇ ਘਰਾਂ ਨੇ, ਮਿੱਕੀ ਸਾਰੇ ਕੁੱਟਣ ਪੈਣਾ। ਨਾ ਨਾ, ਤੂੰ ਕੱਟ ਮਾਰਿਆ, ਮੈਂ ਤੁਹਾਨੂੰ ਜ਼ਿਆਦਾ ਮਾਰਸਾ ਨਾ। ਚੱਕ ਲਿਓ, ਇੱਕਾ ਦਾ ਫੋਨ ਅਸਾਂ ਲਾਈ ਹੋ ਰਿਹਾ, ਇੱਕੇ ਟਿਕਟੌਕ ਦੇ ਵਾਸਤੇ ਆਇਆ ਦਾਖਲ ਹੈ। ਜਿਹੜਾ ਫੈਸਲ ਇਹ ਕਾਲ ਜੀ, ਇਹ ਕਾਲ ਬੋਟੀਆਂ ਥੋੜੀਆਂ ਨੀ ਸੀਆਂ, ਪੂਰੀਆਂ ਸੀ। ਹਾਂਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਨਾਜ਼ਰੀਨ। ਉਮੀਦ ਕਰਨਾ ਜੀ ਸਾਰੇ ਭੈਣ ਭਰਾ ਬਿਲਕੁਲ ਠੀਕ ਠਾਕ ਹਸਨ ਔਰ ਅੱਲਾਹ ਪਾਕ ਨੇ ਹਿਫਜ਼ੋ ਅਮਾਨ ਵਿੱਚ ਹਸਨ। ਤੁਹਾਨੂੰ ਤਾਂ ਭਰਾ ਮੌਜੂਦ ਹੈ ਜੀ ਇਸ ਟਾਈਮ ਕਾਰ, ਔਰ ਸੁਬਹ ਸੁਬਹ ਨਾ ਟਾਈਮ ਹੋਣਾ ਪਿਆ, 11 ਹੋਣੇ ਪਏ, ਦਿਹਾੜੀ ਹੋਈ ਗਈ ਹੈ, ਮੈਂ ਸੁਬਹ ਆਉਣਾ ਪਿਆ। ਮੌਸਮ ਚੱਕ ਕਰੋ, ਉਹ ਪਾਰ ਸਾਹਮਣੇ ਸੂਰਜ ਧੁੱਪਲੀ ਕਰਤੀ ਵੀ, ਔਰ ਅੱਜ ਰੋਡ ਨਾਲ ਜਿਹੜਾ ਕੰਮ ਆ ਨਾ ਉਹ ਸਟਾਰਟ ਹੋਇਆ ਵਾ। ਜਿਹੜਾ ਇਹ ਨੀਚੇ ਮੋਹਰ ਆ ਨਾ, ਇੱਥੋਂ ਸਟਾਰਟ ਕੀਤਾ ਆਪਣੇ, ਉਸ ਸਾਈਡ ਜਾਣੇ ਪਏ, ਹੁਣ ਅੱਗੇ ਉਧਰੋਂ ਅੱਛਣੇ ਪਏ, ਇੱਧਰ ਹੁਣ ਇੱਧਰ ਉੱਧਰ ਜਾਣੇ ਪਏ। ਕੱਲ ਮੈਂ ਤੁਸਾਂ ਕੀ ਵੀਡੀਓ 'ਚ ਬਾਇਆ ਸਾ ਕਿ ਮਿੱਤਰ ਰਾਣੀ ਹੈ ਫੈਸਲ ਕੀ ਦਾਵਤ ਚਾਵਲਾਣੀ, ਮੈਂ ਸਾ ਡਾਲਿੰਗ, ਮੈਂ ਤੁਹਾਡੇ ਵਾਸਤੇ ਦਾਵਤ ਰੱਖੀ ਹੋਈ ਹੈ ਦਾਵਤ। ਇਸ ਵਜ੍ਹਾ ਤੋਂ ਮੈਂ ਆਖਣਾ ਸਾਨੂੰ ਤੁਸਾਂ ਕੀ ਬਾਸਾਂ ਆ ਕਿ ਫੈਸਲ ਕੀ ਵੀ ਕੋਈ ਪਤਾ ਕਰਿਆ ਲੈ, ਖੋਲੋ ਕੀ ਤੱਕਣ ਦੇ ਕੋਈ ਕਾਰਡ ਤੱਕਣਾ ਪੈਂਦੇ ਨਾ, ਕੋਈ ਵੀ ਕੋਈ ਬੰਦਾ ਆ, ਕਰਿਆ ਲੈ ਕੀ ਵੀ ਕੋਈ ਪਤਾ ਫੈਸਲ ਕੀ ਵੀ ਕੋਈ ਪਤਾ, ਫੈਸਲ ਕੀ ਸਿਰਫ ਮੈਂ ਇਤਨਾ ਬਾਇਆ ਸਾ ਕਿ ਦਾਵਤ ਹੋ ਸੀ ਹੈ ਤੁਹਾਡੀ ਚਾਵਲਾਣੀ, ਔਰ ਕਰਿਆ ਲੈ ਕਿ ਮੈਂ ਉਡਾਇਆ ਵਾਇਆ ਆ ਕਿ ਬਿਲਕੁਲ ਬੰਦੇ 'ਚ ਨੇ ਫਿਰ ਸਮਾਨ ਸਮਾਨ ਰੈਡੀ ਕਰੋ ਆ। ਉਹ ਇੱਕ ਵਾਰੀ ਫਿਰ ਵੀਡੀਓ 'ਚ ਵੀ ਬਾਈ ਹੋਰ ਸਾਂ ਕਿ ਬੁਕੀ ਬਾਸ ਆਇਆ ਕਿ ਫੈਸਲ ਅੱਛਣਾ ਪਿਆ ਦੇ ਨਾਲ ਹੋਰ ਵੀ ਬੰਦੇ ਆਏ, ਦਾਵਤ ਉਹਨਾਂ ਨੇ ਬਣਾਉਣੀ ਆ, ਮਤਲਬ ਦਾਵਤ ਤੋਂ ਮੁਰਾਦ ਹੈ ਚਾਵਲ ਬਣਾਓ ਦੇ ਨਾਲ ਸਾਨੂੰ ਬਣਾਈ ਹੋਇਆ। ਸੋ ਉਹ ਇਸ ਵਜ੍ਹਾ ਤੋਂ ਮੈਂ ਕਰਨਾ ਪਿਆ ਕਿ ਬੜੇ ਅਰਸਾ ਹੀ ਗਾ ਪ੍ਰੈਂਕ ਹੋਣ ਕੀਤਾ, ਇੱਕ ਪ੍ਰੈਂਕ ਕੀਤਾ ਸਾ, ਉਸ ਤੋਂ ਬਾਅਦ ਪ੍ਰੈਂਕ ਕਰਨਾ ਛੋੜ ਦਿੱਤਾ ਸਾ। ਤੁਸਾਂ ਵੀ ਸੋਚ ਰਹੇ ਹੋ ਦਾਵਤ ਨਾਲ ਕਿਹੜਾ ਪ੍ਰੈਂਕ ਹੋਣਾ ਹੈ, ਪ੍ਰੈਂਕ ਮਾਰੇ ਜਾਣੇ 'ਚ ਆਇਆ ਵਾ ਅੱਜ, ਕੋਈ ਤਰ੍ਹਾਂ ਚਾਰ ਦੇ ਰਹੀ ਗਈ ਮਾਰੇ ਜਹਿਨਾ 'ਚ ਪਿੰਨਾ ਸਾਹਿਬ, ਮੈਂ ਜਦੋਂ ਮੈਂ ਦਾਵਤ ਕਰਨਾ ਸਾਨੂੰ ਸਭ ਜਦੋਂ ਕਰਨਾ ਸਾਂ ਕਿ ਮਾਰੇ ਜਹਿਨਾ 'ਚ ਪ੍ਰੈਂਕ ਫਿਰਨਾ ਪਿਆ। ਪ੍ਰੈਂਕ ਇਸ ਤਰ੍ਹਾਂ ਸੀ ਨਾ ਕਿ ਫੈਸਲ ਜੈਸੇ ਸੀ, ਫੈਸਲ ਗਿਆ ਬਸ ਆਇਆ, ਫੈਸਲ ਕੀ ਜਦ ਕਰ ਕੋਈ ਬਸ ਅੱਜ ਵਾਲੀ ਵੀਡੀਓ ਬਸ ਆਇਆ ਕਿ ਫੈਸਲ ਨਾਲ ਵੀ ਪ੍ਰੈਂਕ ਕਰਨਾ, ਕਰਿਆ ਲੈਣਾ ਪ੍ਰੈਂਕ ਕਰਨਾ, ਅੱਬੂ ਨਾਲ ਤਾਈ ਹੋਰਾਂ ਨਾਲ ਜਿਹੜਾ ਜਿਹੜਾ ਉੱਥੇ ਹੋਇਆ ਨਾ ਉਸ ਬੰਦੇ ਨਾਲ ਪ੍ਰੈਂਕ ਕਰ ਸਿਆ। ਪ੍ਰੈਂਕ ਇਸ ਤਰ੍ਹਾਂ ਕਰ ਸਾਂ ਕਿ ਰੋਟੀ ਖਾਣੇ ਖਾਣੇ ਮੈਂ ਫੈਸਲ ਨਾਲ ਪੀਰਾਂ ਪੇਸ ਆਇਆ, ਮਤਲਬ ਸੀਰੀਅਸ ਵਿੱਚ ਪੇਸ ਆਇਆ। ਫੈਸਲ ਕੀ ਪਹਿਲੇ ਅੱਛਾ ਨਾ ਫੈਸਲ ਕੀ ਸਦਿਆ ਵਾ, ਮੈਂ ਫੈਸਲ ਅੱਛਣਾ ਪਿਆ, ਫੈਸਲ ਕੀ ਬਸਾਂ ਕਿਸ ਤਰ੍ਹਾਂ ਪ੍ਰੈਂਕ ਕਰਨਾ ਆ, ਫੈਸਲ ਵੀ ਨਾਲ ਕੋਈ ਆਈਡੀਆ ਦੇ ਹੀ ਸੀ, ਮਤਲਬ ਹੈ ਕਿ ਅਸਾਂ ਫੇਕ ਫਾਈਟ ਕਰ ਸਾਂ ਕਰਿਆ ਲਿਆ ਨਾਲ, ਸਮਝੋ ਪ੍ਰੈਂਕ ਸੀ ਹੈ ਫੈਸਲ ਨਾਲ। ਮੈਂ ਦੱਸਿਆ ਕਿ ਮੈਂ ਦੱਸਦਾ ਫੈਸਲ ਪੀੜੇ ਹੋਣੀ ਆਪਸ ਵਿੱਚ, ਕਰਿਆ ਲਿਆ ਸਾਰਿਆਂ ਕੀ ਬਤਾਇਆ ਕਿ ਅਸਾਂ ਸਹੀ ਸੱਚੇ ਦੋਸਤ ਹਾਂ, ਪੱਕੇ ਦੋਸਤ ਹਾਂ, ਔਰ ਇਸ ਵਜ੍ਹਾ ਤੋਂ ਅਸਾਂ ਕਦੇ ਪੀੜਨੇ ਕੋਣੀ ਆ, ਉਹ ਦਾ ਕੈਮਰਾ ਵੀ ਕਦੇ ਕੋਈ ਪੀੜੇ ਆ, ਫੈਸਲ ਤਾਂ ਮੈਂ ਕਦਾ ਨਾਲ ਨਾਰਾਜ਼ ਹੋਏ ਹਾਂ। ਸੋ ਅੱਜ ਅਸਾਂ ਜਿਹੜੀ ਇਹਨਾਂ ਫੇਕ ਫਾਈਟ ਕਰ ਸਕਦੇ ਤਾਂ ਕਰਿਆ ਲੈਣਾ ਰਿਐਕਸ਼ਨ ਚੱਕ ਕਰ ਸਕਦੇ ਕਿ ਕਿਆ ਹੋਣਾ ਲਾਇਆ। ਤੁਸਾਂ ਕੀ ਵੀਡੀਓ ਬੜੀ ਮਜ਼ੇ ਦੀ ਲੱਗਸੀ ਹੈ, ਹੁਣ ਤੁਸੀਂ ਅੱਛਾ ਹੋਇਆ ਕਰਿਆ ਲੈਂਗੇ ਬਣੇ ਆ ਕਿ ਤੁਸੀਂ ਸਮਾਨ ਰੈਡੀ ਕਰੋ ਆ, ਤਾਂ ਫਿਰ ਮਾੜਾ ਦੋਸਤ ਅੱਛਣਾ ਪਿਆ, ਮਾੜੀ ਜਾਣ ਅੱਛਣੀ ਵੀ, ਮਾੜੀ ਡਾਲਿੰਗ ਅੱਛਣੀ ਵੀ ਆ। ਅੱਜ ਦੀ ਵੀਡੀਓ ਤੁਸੀਂ ਹੁਣ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ ਤੇ ਨਾਲ ਸ਼ੇਅਰ ਵੀ ਕਰੋ। ਅਸਲਾਮ ਅਲੈਕੁਮ ਮੁਰਸ਼ਦ। ਮੁਰਸ਼ਦ ਠੀਕ ਹੋ? ਠੀਕ ਠਾਕ। ਤੂੰ ਮੁਰਸ਼ਦ ਮੈਂ ਕੀ ਆਖਣਾ ਪਿਆ, ਮੈਂ ਕੀ ਪਤਾ ਲੱਗ ਗਿਆ ਨਾ ਕੰਨੂ ਨਪੋੜੀ ਨਾ ਬਾਹਰ ਗੇਡਾ ਤੋਂ ਕੱਢ ਕੇ ਆ। ਹੰਸੀ ਤੋਂ ਮਾੜੀ ਦਿਨਾਣੀ ਕੀ ਮੁਰਸ਼ਦ ਆਖਣਾ, ਮਤਲਬ ਬੜੇ ਬੰਦੇ ਕੀ ਮੁਰਸ਼ਦ ਹੀ ਆਹੀ ਨਾ ਇੱਜ਼ਤ ਨਾਲ ਬੁਲਾਇਆ ਤੁਸਾਂ ਕੀ। ਤੇ ਸੁਣਾਓ ਕੁਛ ਨਹੀਂ ਕਹਾਂ ਲਈ ਵੀ ਖਾਲਾ ਤਾਲੀ ਖਾਲਾ ਮਾਰੀ ਨਹੀਂ ਲਈ ਵੀ। ਅੱਛਾ ਗੱਲ ਇਸ ਤਰੀਕੇ ਨਹੀਂ ਆ ਕਿ ਫੈਸਲ ਸੱਚਣਾ ਪਿਆ ਨਾਲ ਦੋ ਤਰ੍ਹਾਂ ਬੰਦੇ ਹੋਰ ਛਣੇ ਪਏ ਤੇ ਮੈਂ ਉਹਨਾਂ ਨੇ ਕਰਨੀ ਆ ਇਦਾਂ ਬਤ। ਖਾਣਾ ਇਹਾਂ ਜ਼ਬਰਦਸਤ ਦਾ ਹੋਣਾ ਚਾਹੀਦਾ, ਖਾਣਾ ਠੀਕ ਨਾ ਹੋਇਆ ਤਾਂ ਫਿਰ ਮਾੜੀ ਬੇਇੱਜ਼ਤੀ ਹੋ ਜਾਂਦੀ ਹੈ। ਖਾਣਾ ਇਨਸ਼ਾਅੱਲਾ ਤੁਹਾਡੇ ਵਾਸਤੇ ਸਪੈਸ਼ਲ ਸੀ, ਤੁਹਾਡੇ ਦੋਸਤਾਂ ਵਾਸਤੇ ਖਾਸ ਨਹੀਂ ਤਾਂ ਫਿਰ ਯਾਦ ਰੱਖਣਾ। ਅਸਲਾਮ ਅਲੈਕੁਮ। ਵਾਲੇਕੁਮ ਠੀਕ ਹੋ? ਇਹ ਕਿਆ ਵਜ੍ਹਾ ਖੁਦ ਰਾਜ ਬਾਲਣ ਕਰਨੇ ਪਿਓ? ਜਿਹੜੇ ਰੋਡ ਬਣਾਉਣੇ ਪਏ ਇਹਨਾਂ ਵਾਸਤੇ, ਚਲੋ ਰੋਟੀ ਛੋਟੀ ਬਣਾ ਸਾ ਨਾਲ ਫੈਸਲ ਨੀ, ਮੈਂ ਸਰਸਰੀ ਜੀ ਬਾਈ ਵੀ ਅਜੇ ਛੱਕਣਾ ਪੈ ਰਿਹਾ ਇਹਨਾਂ ਕੀ ਇਸ ਵਜ੍ਹਾ ਤੋਂ।
ਠੇਕਦਾਰ ਹੈ ਉਹਨਾਂ ਨਾਂ ਕਿੰਨਾ ਵਜੇ ਠੇਕਦਾਰ ਹੋਣਾ ਜੀ ਰੋਟੀ ਖਵਾਸਾਂ ਆ। ਮਾਸ਼ਾਲਾ ਮਾਸ਼ਾਲਾ ਚੈੱਕ ਕਰੋ ਜਾਓ ਜੀ ਰੋਡ, ਇਹ ਅਸਾਂ ਬੰਨੀ ਤਾਂ ਲਾਈ ਆ ਕਿ ਪਾਣੀ ਇੱਧਰੋਂ ਜਿਹੜਾ ਇਹ ਅੱਛਾ ਸਾ ਨਾ ਇਹ ਸਾਰਾ ਇਹ ਇੱਥੇ ਜੀ ਖਲਨਾ ਸਕਦਾ, ਰੋਡ 'ਤੇ ਬੰਨੀ ਪਾਉਣੀ ਸੀ ਇਸ ਵਜ੍ਹਾ ਪਾਣੀ ਇੱਧਰ ਬੰਨੀ ਲਾਈ ਹੋ ਰਹੀ ਆ ਮਿੱਟੀ ਲਈ, ਪਾਣੀ ਉਹਨੂੰ ਇੱਧਰੋਂ ਲਿਖੀ ਦਾ ਉਹ ਉੱਧਰ ਜਾਣਾ ਪਿਆ, ਉਹ ਸਰਕਾ ਲਗਾ ਜਾਣਾ ਪਿਆ, ਬਾਕੀ ਇਹਦਾ ਚੈੱਕ ਕਰੀ ਜਾਓ ਹੈ ਉਹ ਤੱਕ ਪਹੁੰਚੀ ਗਈ। ਹੁਣ ਮੈਂ ਤੁਸੀਂ ਦੱਸਣਾ ਆ ਇਹ ਖਲੋ ਉੱਧਰ ਚੈੱਕ ਕਰੀ ਜਾਓ ਰੋਡ ਸਾਰੀ, ਵਾਹ ਜੀ ਵਾਹ ਮਾਸ਼ਾਲਾ। ਅਸਲਾਮ ਅਲੈਕੁਮ, ਕਿਆ ਲਿਆ ਫਿਰ ਜੀ ਠੀਕ ਹੋ? ਸੜਕ ਬਣਨੀ ਪਈ ਗਵਾਂਢ ਬਰਕਤ ਹੈ ਕੁਛ ਨਹੀਂ ਨਾ ਪਈ ਦੁਆ ਕਰੇ ਮੁਕੇ ਮਾਰ ਬੋਤਲਾਂ ਫਟਾਫਟ ਨਹਾਈ ਕਿੰਨੇ ਆ ਜੀ? ਚਲੋ ਜੀ ਨਾਈ ਧੋਈ ਤਾਂ ਰੈਡੀ ਹੋ ਹੀ ਗਿਆ ਜੀ, ਔਰ ਹੁਣ ਬਸ ਸਿਰਫ ਫੈਸਲ ਦਾ ਇੰਤਜ਼ਾਰ ਆ, ਫੈਸਲ ਵੀ ਕਰੂੰ ਮਿਲੀ ਆ, ਬਸ ਫੈਸਲ ਅੱਛਾ ਤਾਂ ਫਿਰ ਅਗਲਾ ਆਪਣਾ ਕੰਮ ਜਿਹੜਾ ਨਹੀਂ ਉਹ ਸਟਾਰਟ ਕਰਨੇ ਆ ਸਾਂ। ਫੈਸਲ ਜਾਨੀ ਦਾਵਤ ਦਿੱਤੀ ਤੇ ਦਾਵਤ ਹੈ ਨਾ ਟਾਈਮ ਸਾਡਾ 10 ਵਜੇ ਤੇ ਤੁਸੀਂ 12 ਵਜੇ ਪਹੁੰਚਨੇ ਪਿਓ। ਖੀਰੇ ਮੈਂ ਕਰੂੰ ਆਂਦੇ, ਖੀਰੇ ਕਰੂੰ ਨਹੀਂ ਆਂਦੇ ਇਹ ਦੁਕਾਨਾਂ ਪਰ ਆਂਦੇ ਹੀ ਹੈ ਕੰਡੋਰੂ ਆਂਦੇ, ਕਿਉਂਕਿ ਖੀਰੇ ਮੈਂ ਹੁਣ ਬਾਜ਼ਾਰ ਕੋਈ ਜਾਣ ਹੋਣਾ ਸਾ ਤਾਂ ਮੈਂ ਫੈਸਲ ਸਾਹਿਬ ਨੂੰ ਕਿਹਾ ਦਾਵਤ ਸੌਖੀ ਨਹੀਂ ਹੈ ਤਾਂ ਅੱਛਾ ਹੋਇਆ ਤਾਂ ਨਾਲ ਤੁਸੀਂ ਖੀਰੇ ਵੀ ਲੱਭੀ ਜਾਣੇ ਆ। ਅੱਛਾ ਫੈਸਲ ਸਾਹਿਬ ਸੁਣਾਓ ਸਿਹਤ ਠੀਕ ਹੈ ਨਾ? ਠੀਕ ਠਾਕ, ਦਾਵਤ ਵਾਸਤੇ ਰੈਡੀ ਹੋ ਨਾ? ਦਾਵਤ ਜਨਾਬ ਮੈਂ ਗਾ ਵਲੌਗਿੰਗ ਤੇ ਪਾਇਆ, ਮੈਂ ਦਾਵਤ ਬਹੁਤ ਤਕੜਾ ਦਾਵਤਾ ਹੋ ਰਿਹਾ। ਦਾਵਤਾ ਨਹੀਂ ਆ ਚਾਵਲੇ ਖਾ ਲਈ ਸਾਲਣ ਨਾਲ ਖੀਰੇ ਮੈਂ ਕਰੂੰ ਆਂਦੇ ਇਹ ਵਿੱਚ ਨਾ ਕੰਮ ਕਰੋ। ਅਲਾ ਗਲਤ ਬੁਝੋ ਨਾ ਫੈਸਲ, ਹੁਣ ਅੱਗੇ ਅਬੂ ਖਲ ਖਲਤੇ ਵੇ ਤੂੰ ਸਾਨੂੰ ਇੱਕ ਮੈਂ ਗੱਲ ਕਰਨੀ ਸੀ ਸ਼ੇਅਰ ਕਰਨੀ ਸੀ ਕਰੋ। ਮਸਲਾ ਇਹ ਆ ਕਿ ਦਾਵਤ ਹੁਣ ਮੈਂ ਤੁਸਾਂ ਕਿ ਐਵੇਂ ਨਾ ਖਵਾ ਲਾਂ ਪਿਆ, ਹੁਣ ਮੈਂ ਪੈਸੇ ਵੀ ਤਾਂ ਪੂਰੇ ਕਰਨੇ ਨਾ। ਠੀਕ ਹੈ ਕਰੋ। ਪੈਸੇ ਕਿਸੇ ਪੂਰੇ ਹੋ ਸਕਦੇ? ਦੱਸੋ ਖੀਰੇ ਮੈਂ ਆਹ ਕਿੰਨੀਆਂ ਦੇ ਤੋਂ ਤੇ ਸਭ ਤੋਂ ਮਹਿੰਗੀ ਚੀਜ਼ ਖੀਰਾ ਹੋਣੀ। ਨਹੀਂ ਨਹੀਂ ਪਤਾ ਨਹੀਂ ਕਿ ਮਾੜੀ ਮਰਜ਼ੀ ਆ ਕਿ ਇੱਕ ਅੱਗੇ ਪ੍ਰੈਂਕ ਕੀਤਾ ਸਾਨੂੰ ਅਸਾਂ ਸ਼ਾਦੀ ਲਾ। ਅੱਛਾ ਤੇ ਕਹਿਣਾ ਅੱਜ ਹੀ ਕੋਰਨਾ ਪ੍ਰੈਂਕ ਹੋ ਜਾ ਪ੍ਰੈਂਕ ਇਹ ਤਾਂ ਦਾਵਤ ਹੈ ਯਾਰ, ਦਾਵਤ ਹੈ ਕਿ ਪ੍ਰੈਂਕ ਕਿਥੇ ਕਾ ਹੋਈ ਸਰ? ਤੁਹਾਰਾ ਦਿਮਾਗ ਨਹੀਂ ਨਾ, ਤੂੰ ਗ੍ਰਾਫਿਕ ਡਿਜ਼ਾਈਨਰ ਹੈ, ਤੁਹਾਰਾ ਦਿਮਾਗ ਨਹੀਂ ਚੱਲਣਾ, ਤੁਹਾਰਾ ਉਧਰੇ ਖਾਲੀ ਦਿਮਾਗ ਚੱਲਣਾ ਆ, ਉਹ ਖਾਲੀ ਲਿਖੀ ਜਾਓ ਹੈ। ਪਤਾ ਕੀ ਕਰਨੇ ਆ? ਚਾਵਲ ਖਾਣੇ ਖਾਣੇ ਨਹੀਂ ਪੀਰੀ ਪੈਣੇ ਆਸਾਂ ਲਿਹਾਜ਼ ਵੀ ਕਰਨਾ ਨਾ ਥੋੜਾ ਜਾ, ਕਿਆ ਮਰਜ਼ੀ ਮੈਂ ਨਾ ਯਾਰ ਕਰੀ ਕਿੰਨੇ ਸਿਸਟਮ ਉਹ ਬੁੱਝੀ ਕਿੰਨੇ ਉਹਨਾਂ ਹੀ ਪਤਾ ਹੀ ਮੈਂ ਕਿਆ ਹੈ ਕੰਪਲੇਨ ਗਿਆ ਮੈਂ ਕਰਾ ਲੈਂਗੀ ਇਸਰਾ ਭਾਈ ਆਇਆ ਤਾਂ ਰੋਟੀ ਸਾਲਨ ਬਣਾਓ ਹੈ ਨਾਲ ਚਾਵਲ ਬਣਾਈ ਹੋਰ ਜਿਹੜੇ ਠੇਕਦਾਰ ਨਹੀਂ ਇਹ ਤਰਕਹਿ ਲੈ ਇੰਨੀ ਕੀ ਰੋਟੀ ਖਵਾਲਸਾਂ ਦੇ ਨਾਲ ਮੈਂ ਫੈਸਲਾ ਰਚਣਾ ਪਿਆ ਵੀਡੀਓ ਬਣਾ ਸੀ ਆ ਥੋੜੀ ਜਿਹੀਆਂ ਠੀਕ ਹੈ ਇਸਰਾ ਮੈਂ ਬਾਇਆ ਵਾ ਤੁਹਾਡੀ ਇਹ ਕੋਈ ਬਾਇਆ ਹੋ ਗਿਆ ਤੁਹਾਡੀ ਕੀ ਵੀ ਸਪੈਸ਼ਲ ਦਾਵਤ ਹੈ ਬੜਾ ਮੈਂ ਸਿਸਟਮ ਵਕਤੀ ਮੈਂ ਨਾ ਕਿ ਅੱਛਾ ਲੋ ਤੁਸੀਂ ਵਿਜ਼ਿਟ ਕਰਾਣੇ ਆ ਥੋੜਾ ਜਿਹਾ ਫੈਸਲਾ ਰਹੀ ਵਿਜ਼ਿਟ ਕਰਾਈ ਕਿ ਨਾ ਉਸ ਤੋਂ ਬਾਅਦ ਬਾਕੀ ਕਰਾ ਲਾ ਸੀਨ ਕਰਦੇ ਕਿਉਂਕਿ ਬੂਰ ਉਹ ਪਾਰ ਖਲਤੇ ਤੇ ਇਹਨਾਂ ਬੂਰ ਬੁੱਝੀ ਗਿਣ ਬੜਾ ਔਖਾ ਮੈਂ ਇਹਾਂ ਤਾਈ ਕੀ ਬਾਇਆ ਮੈਂ ਦਾਵਤ ਹੈ ਉਹਨਾਂ ਕੀ ਵੀ ਬਾਇਆ ਤੁਸੀਂ ਵੀ ਹੁਣ ਬਾਣਾ ਪਿਆ ਤਾਈ ਤੇ ਸਾਨੂੰ ਨਵੇਂ ਬਤਾ ਸੀ ਹੋ ਜਾ ਚਲੋ ਕਰਨੇ ਆ ਸੀ ਪਤਾ ਨਹੀਂ ਪਤਾ ਨਹੀਂ ਕੀ ਹੋਣਾ ਤਾਈ ਕੀ ਤਾਂ ਅਬੂ ਉੱਪਰ ਖਲਤੇ ਦੇ ਪਤਾ ਨਹੀਂ ਕੀ ਹੋਣਾ ਚਲੋ ਬਾਕੀ ਬਾਤ ਹੀ ਮਿਲਣੀ ਤਾਈ ਕੀ ਬਾਇਆ ਤੇਰੀ ਤਾਈ ਕੀ ਤੇਰੀ ਬਾਇਆ ਕੋਈ ਬਾਇਆ ਕੋਈ ਕੁਝ ਤੁਸੀਂ ਵੀ ਪਤਾ ਲਈ ਗਿਆ ਤਾਂ ਜਿਹਨੂੰ ਪਤਾ ਨਹੀਂ ਨਾ ਜਿਹਨੂੰ ਤੁਸੀਂ ਸੱਚੀ ਵੀ ਕੋਈ ਪਤਾ ਜਿਹਨੂੰ ਹਲ ਤੁਸੀਂ ਪਹਿਲਾਂ ਬੰਨਾ ਤੁਸੀਂ ਬਾਣਾ ਪਿਆ ਬਾਕੀ ਕਰਾਇਆ ਚ ਵੀ ਨਿੱਕੀਆਂ ਕੀ ਵੀ ਕੋਈ ਪਤਾ ਕੋਈ ਡਨ ਕਰੋ।
ਹਾ 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 ਫੈਸਲ ਸਾਹਿਬ, ਇਹ ਤੁਸੀਂ ਕੁਦਰ ਬੈਠੇ ਹੋ ਇੱਧਰ ਫੋਨ ਸਾਫ਼ ਕਰਨੇ ਪਏ ਹੋ, ਏ ਸੀ ਬੈਠੇ ਹੋ? ਵਾਲੇਕੁਮ ਸਲਾਮ। ਵਾਲੇਕੁਮ ਸਲਾਮ, ਵਾਲੇ ਸਲਾਮ। ਅੱਛਾ, ਹੁਣ ਗੱਲ ਇਸ ਤਰ੍ਹਾਂ ਹੀ ਆ ਨਾ ਕਿ ਇੱਥੇ ਖਾਣਾ ਛਾਣਾ ਰੱਖਾਂ, ਕਰੂੰ ਨਾ ਬੁਝੀ ਕਿਰਨ ਉਧਰ ਲੱਗੇ ਆਪਣੇ ਕਮਰੇ 'ਚ ਫੋਨ ਮੈਂ ਨਾ ਇਹ ਕਿੱਥੇ ਰੱਖ ਸਾਣਾ, ਟਿਸ਼ੂ ਡੱਬਾ ਰੱਖ ਸੀ ਕਿਸਾਂ, ਇੱਥੇ ਫੋਨ ਮੈਂ ਨਾ ਰੱਖ ਸਾਂ, ਇਹ ਇੱਥੇ ਇਹ ਜਬ ਰੱਖ ਸਾਣਾ ਹੁੰਦਾ, ਇੱਥੇ ਸਾਹਮਣੇ ਬੈਠੇ ਹੋ ਸਾਂ, ਇੱਕ ਦੇ ਫੋਨ 'ਚ ਅਸੀਂ ਨਾ ਦੁਆ ਇੱਕ ਜਿਹੜਾ ਤੁਹਾਰਾ ਨਹੀਂ ਹੋ ਸੀ ਹੈ, ਤੂੰ ਮਤਲਬ ਇਸ ਤਰ੍ਹਾਂ ਕਰਿਆ ਨਾ, ਇਹ ਵੀ ਕਲਿੱਪ ਦੇ ਰਿਹਾ ਤੂੰ ਤੂੰ ਤਾਂ ਵੈਸੇ ਵੀ ਨਾ ਲਾਉਣਾ ਵੀਡੀਓ, ਤੂੰ ਇੱਥੇ ਜਿਸ ਤਰ੍ਹਾਂ ਬਣਾਉਣੇ ਹੋ ਸਾ ਤੂੰ ਆਈਏ ਚਾਸੇ ਨਾ, ਮਤਲਬ ਆਈਆਂ ਸੇ ਆਪਣੇ ਭਰਾ ਜੀ ਆਈ ਗਿਆ ਜੀ, ਬਸ ਖਾਣਾ ਛਾਣਾ ਆਈ ਗਿਆ, ਜੈਸੇ ਤੂੰ ਆਸੇ ਨਾ ਉੱਥੇ ਮੈਂ ਸਟਾਰਟ ਹੋ ਜਾਸਾਂ, ਮੈਂ ਆਸਾਂ ਯਾਰ ਤੂੰ ਸਾਰੀਆਂ ਬੋਟੀਆਂ ਬਾਈ ਕਿੰਨੀਆਂ ਆਈਆਂ, ਅਤੇ ਮਾੜੇ ਵਾਸਤੇ ਤੂੰ ਕੌਣ ਛੋੜੀਆਂ ਆਈਆਂ, ਉਹ ਜ਼ਰਾ ਵੀ ਤੂੰ ਮਾੜੀ ਬੇਸੀ ਕਰਾਈ ਆ, ਮੈਰਿਜ ਵਾਲਿਆ 'ਚ ਉੱਥੇ ਵੀ ਤੂੰ ਮਾੜੀਆਂ ਸਾਰੀਆਂ ਬੋਟੀਆਂ ਖਾਈ ਹੋਣੀਆਂ ਸੀ, ਇੱਥੋਂ ਹੀ ਬਸ ਖਾ ਲਈ ਅਗਲਾ ਸ਼ੁਰੂ ਕਰਦੇ ਸਾਂ, ਤੂੰ ਆਸੇ ਤੂੰ ਵੀ ਤਮੀਜ਼ ਕੋਈ ਘਰ ਬੰਦੇ ਸਦੀ ਦੇ ਉਹਨੇ ਮਦਦ ਕਰਨੇ ਹੋ, ਇੱਥੋਂ ਸ਼ੁਰੂ ਹੋ ਜਾਸਾਂ ਨਾਲ ਚਲੀਆਂ ਬੋਟ ਤਾਂ ਇੱਥੇ ਹੀ ਹੋਏਗਾ, ਠੀਕ ਹੈ ਨਾ, ਉੱਥੋਂ ਫਿਰ ਹੁਣ ਠੀਕ ਹੈ, ਇੱਕ ਤਾਂ ਫੋਨ ਤੁਹਾਡੇ ਇੱਥੇ ਹੀ ਸੀ, ਸਮਝ ਨਹੀਂ ਲੱਗਣ ਰਹੀ ਅਸੀਂ ਹੈ ਕਿ ਅਸਲ ਵੀ ਰਹੀ ਇੱਕ ਉੱਥੇ ਜਿਹੜਾ ਬਾਕੀ ਜਿਹੜਾ ਸੀਨ ਸੀ ਨਾ, ਬਾਅਦ ਜਿਹੜਾ ਤੂੰ ਫੋਨ ਯਾਰ ਰੱਖੀ ਹੋ, ਬਾਕੀ ਜਿਹੜਾ ਸੀਨ ਉੱਥੇ ਜਿਹੜਾ ਫੋਨ ਸੀ ਨਾ ਉੱਥੇ ਚੁੱਕਿਆ ਹੋ ਜਾ ਸੀ, ਠੀਕ ਹੈ, ਡਨ ਹੋ ਗਿਆ, ਬਾਕੀ ਜੁਲੇ ਜੀ ਬਾਹਰ ਤੱਕਣੇ ਕਿ ਕਿਆ ਦੇਰ ਹੈ ਸਾਨੂੰ ਛਾਲਣ ਬਣਨੇ ਕੀ, ਕੱਲ ਇੰਦਰ ਬਣ ਗਿਆ ਜੀ, ਔਰ ਇਧਰ ਹੁਣ ਰੋਟੀ ਬਣਨੀ ਪਈ ਹੈ ਜੀ, ਉਹ ਰੈਡੀ ਹੋ? ਰੈਡੀ ਹੈ ਜੀ, ਅੱਛਾ ਨਹੀਂ ਠੇਕਦਾਰ ਠੇਕਦਾਰ ਅੱਛਾ, ਬਾਕੀ ਚਾਵਲ ਇਹ ਦਾ ਮੈਂ ਬਲ ਲਗੇ ਵੇ, ਬਸ ਸਿਰਫ 5 ਮਿੰਟ, ਓਕੇ ਓਕੇ, ਇਧਰ ਕੋਣ ਚੀਜ਼ ਤੱਕ ਹੀ ਨੇ, ਇਹ ਤਾਂ ਕੋਣ ਆਮਣਾ, ਆਮਣਾ ਕਿਆ ਕੀਤਾ ਬਾਈ ਤੂੰ, ਫੋਟੋ ਲਾਉਣੀ ਨਹੀਂ ਦਿੰਦਾ, ਕਿਆ ਤਰੀਕਾ ਹੈ ਤੁਹਾਡਾ ਆਮਣਾ, ਕਿਆ ਤਰੀਕਾ ਹੈ ਤੁਹਾਡਾ, ਇਹ ਕਿਆ ਤਰੀਕਾ ਹੈ ਤੁਹਾਡਾ, ਹੀ ਹੀ, ਬਸ 2 ਮਿੰਟ ਹਾਲੀ, ਤੂੰ ਕੀ ਦੂਏ ਅੰਦਰ ਭੇਜਦਾ, ਹਲਾ ਫੈਸਲ ਤਾਈ ਵੀ ਬਾਹਰ ਗਏ, ਠੀਕ, ਅਤੇ ਅਬੂ ਵੀ ਬਾਹਰ ਗਏ ਵੇ, ਤਾਈ ਇਹ 'ਚ ਨਹੀਂ ਹੋ ਸਕਦਾ, ਅਤੇ ਉਹਨੇ ਮੈਂ ਇੱਥੇ ਬਿਆਏ, ਅਤੇ ਹੁਣ ਫਿਰ ਕਿਹਾ ਸੀ ਕਿਸ ਤਰ੍ਹਾਂ ਸੀਨ ਕਰਨਾ ਅਸਾਂ, ਇਹ ਹੈ ਮੈਂ ਬੋਰੀਆਂ ਪਾਉਂਦਾ, ਤੁਸਾਂ ਹੈ ਜਿਹੜਾ ਕੋਈ ਬੰਦੇ ਨੂੰ ਬੁੱਧਰ ਪਾਉਂਦਾ, ਉਹ ਠੇਕਦਾਰ ਵੀ ਲਗਾ ਛਾ, ਉਹ ਵੀ ਖਾਸੀ ਨਾ, ਤੂੰ ਸਾਰੀਆਂ ਬਾਈਕ ਨਹੀਂ ਹੈ, ਇਸ ਤਰ੍ਹਾਂ ਅਸਾਂ ਬਸ ਹੁਣ ਮਤਲਬ ਮਤਲਬ ਫੋਨ ਉਹ ਪਾਰਕਿੰਗ ਮੈਂ ਉੱਥੇ ਲਾਸਾਂ ਆ, ਉੱਥੋਂ ਲਾਈ ਤਾਂ ਫਿਰ ਜਿਹੜੀ ਤਾਈ ਵੀ ਚੰਨੇ ਦੇ ਫਿਰ ਅਸਾਂ ਸ਼ੁਰੂ ਕਰਨੇ ਆ ਆਪਣਾ ਪਲਾਨ, ਚੱਕ ਲਈ ਜਾਓ ਇੱਕ ਇਹਦਾ ਫੋਨ ਅਸਾਂ ਲਾਈ ਹੋ ਰਿਹਾ, ਇੱਕ ਕੈਮਰਾ ਹੈਗੇ ਇੱਥੋਂ ਤੁਹਾਨੂੰ ਦੱਸਣੇ ਆ ਮੈਂ, ਇਹ ਇਹਦਾ ਉਹ ਪ੍ਰੋਫੈਸਰ ਬੈਠਾ ਵਾ, ਵੀਰ ਜਿਹੜਾ ਬੋਰੀਆਂ ਦਾ ਬੰਦਾ ਬਾਈ ਉਹਨਾਂ ਨਾਲ ਬੰਦ, ਇਹ ਤਾਂ ਕਣਕ ਦੀਆਂ ਲਦਾਈਆਂ ਕਹਿ ਪਾਣੀ ਬੋਲ ਕੇ ਤੁਹਾਡੇ ਵਾਸਤੇ ਮੇਥਾ ਕਣਕ ਸੱਦੀ ਲਾਣ ਕਹਿੰਦੀ ਨਹੀਂ ਪਾਣੀ ਗੱਲ ਬਾਤ ਲੱਗੀ ਵੀ ਚਾਵਲ ਤੇ ਤਾਂ ਖਾਣਾ ਰੱਖਾ ਸੀ ਤਾਂ ਨਫਰੇ ਨਾ ਕਰੀ ਤੇ ਤੁਸੀਂ ਮਿਲਾਵਤ ਕਰਾਉ ਤਾਂ ਕੋਈ ਤੂੰ ਨਫਰੇ ਕਰਨੇ ਇਹਦਾ ਕਾਜੀ ਤਾਂ ਕਿਹਾ ਹਰ ਚੀਜ਼ ਹੈ ਕਰਨਾ ਸੀ ਹੁਣ ਇਸ ਨੇ ਹੋਰ ਕਿਤਨੇ ਮਾਰੇ ਦੋਸਤ ਹੈ ਉਹਨਾਂ ਨੇ ਕੋਈ ਸਦਿਆ ਹੈ ਇਸ ਕੀ ਸਪੈਸ਼ਲ ਸਦਿਆ ਤਾਂ ਹੁਣ ਨਫਰੇ ਕਰਨਾ ਪਿਆ ਕਰੋ ਸਾਰੇ ਬੰਦੇ ਨਹੀਂ ਚਕਦਾਰ ਖਾਲੀ ਉਹ ਖਾਣਾ ਨਹੀਂ ਜਾਣ ਲੋ ਖਾਈ ਤੇ ਸੀ ਨਾ ਯਾਰ ਫੈਸਲ ਐਵੇਂ ਨਾ ਕਰਿਆ ਕਰ ਯਾਰ ਹੇ 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 ਯਾਰ ਕਿਸੇ ਨੇ ਇਹ ਕਾਰ ਚ ਇਹ ਤੱਕ ਦੇ
ਦੋਸਤੀ ਜਿਹੜੀ ਹੋਣੀ ਹੈ ਨਾ, ਇਨਸਾਨ ਦੁਨੀਆਂ ਸਭ ਕੁਝ ਭੁੱਲੀ ਜਾਣਾ, ਦੋਸਤੀ ਜਿਹੜੀ ਹੈ ਨਾ ਇਹ ਜ਼ਰੂਰੀ ਹੋਣੀ ਚਾਹੀਦੀ ਹੈ। ਖਾਣਾ ਪੀਣਾ ਹਰ ਚੀਜ਼ ਲੱਭੀ ਜਾਣੀ ਹੈ। ਜਿਹੜਾ ਪਿਆਰ ਮੁਹੱਬਤ ਹੋਣਾ ਨਾ, ਦੋਸਤੀ ਜਿਹੜੀ ਹੈ ਨਾ ਇਹ ਬੜੀ ਅਹਿਮ ਹੋਣੀ ਹੈ। ਚਾਵਲ ਖਵਾ ਅਸਲ ਜਿਹੜੇ ਦੋਸਤ ਉਹੀ ਹੋਣੇ, ਬਾਅਦ ਮਤਲਬੀ ਦੋਸਤ ਹੋਣੇ,
ਸੋ ਕਿ ਬਾਅਦ ਕੱਲ੍ਹ ਧੋਖਾ ਵੀ ਦੇ ਸਕਦੇ ਇਸ ਬਾਰੇ ਉਸ ਦੋਸਤਾਂ ਨੂੰ ਸਭ ਰਾਬਤਾ ਰੱਖੋ ਜਿਹੜਾ ਸਹੀ ਸਲਾਮ ਦਿਲੀ ਦੋਸਤ ਹੈ ਦੋਸਤ ਹੈ ਸੋ ਕਿਸੇ ਜਗ੍ਹਾ ਜਵਾਓ ਉਸ ਸਰੀਕਾ ਬੱਚਾ ਉਹ ਦੋਸਤ ਹੋਣਾ ਹੈ ਇਹ ਗੱਲ ਹੈ ਕਿ ਤੁਸੀਂ ਸਾਨੂੰ ਮਦਦ ਕਰ ਰਹੇ ਹੋ ਸਾਨੂੰ ਡਿਸਟਰਬ ਕੀਤਾ ਅਸਲ ਜਸਟ ਇੱਕ ਫਨੀ ਸਰ ਆਵਾਮ ਕੀ ਸ਼ੁਕਰ ਮੇਰਾ ਦੱਸਣਾ ਪੈਣਾ ਨਾ ਅੱਗੇ ਵੀ ਸਾਈ ਪ੍ਰੈਂਕ ਕੀਤਾ ਮੈਂ ਵੀ ਸਾਨੂੰ ਪਤਾ ਲੱਗ ਗਿਆ ਮੈਂ ਪਰ ਸੀਰੀਅਸ ਨਹੀਂ ਨਹੀਂ ਮੈਂ ਕੀਤਾ ਹੀ ਐਸਾ ਨਾ ਸੀਰੀਅਸ ਮੈਂ ਪਤਾ ਸਮਝ ਨਹੀਂ ਆਉਂਦੀ ਤੀ ਆ ਇਸ ਵਜ੍ਹਾ ਤੋਂ ਅੱਜ ਮੈਂ ਕਾਰ ਵੀ ਕੋਈ ਨਾ ਨਿੱਕੀਆਂ ਕੀ ਵੀ ਕੋਈ ਕੋਈ ਪਾਇਆ ਸਕੇ ਮੈਂ ਕਿ ਬਾਣ ਕੇ ਇਹ ਨਾ ਫਿਰ ਪਿਛਲੀ ਦਫਾ ਜੀ ਸਾਨੂੰ ਪਤਾ ਲੱਗਿਆ ਸਰ ਜਿਹਨੂੰ ਨਾ ਪਤਾ ਲੱਗਾ ਇਸ ਵਜ੍ਹਾ ਤੋਂ ਚਲੋ ਅੱਲਾਹ ਤਾਲਾ ਤੁਸਾਂ ਨੇ ਇਸੇ ਤਰ੍ਹਾਂ ਪਿਆਰ ਮੁਹੱਬਤ ਜੋੜੀ ਰੱਖਿਆ ਇਸੇ ਤਰ੍ਹਾਂ ਤੁਸਾਂ ਦੀ ਦੋਸਤੀ ਕਾਇਮ ਤੇ ਦائم ਰਵੇ ਤੇ ਇਸੇ ਤਰ੍ਹਾਂ ਦੋਵੇਂ ਭਰਾ ਇਕੱਠਿਆਂ ਰਹੋ ਤੇ ਅੱਲਾਹ ਤਾਲਾ ਕਾਮਯਾਬੀ ਵੀ ਦੇਵੇ ਮਾੜੀਆਂ ਵੀ ਦੁਆਵਾਂ ਤੁਸਾਂ ਦੇ ਨਾਲ ਆਮੀਨ ਆਮੀਨ ਪਰ ਵੈਸੇ ਹੀ ਜੇ ਕਸਮੇ ਭਰਾ ਕੱਢਣਾ ਨਹੀਂ ਇਹ ਬੜਾ ਖਤਰਨਾਕ ਹੋਣਾ ਹੈ ਜਿਹੜਾ ਵੀ ਨਵੀਂ ਨੂੰ ਫੋਨ ਕਰਨਾ ਹਣਾ ਫੈਸਲ ਹੋਣਾ ਤੇ ਫਿਰ ਦੀ ਬਈ ਬੋਟੀਆਂ ਸ਼ੁਗਰ ਲਾਣੇ ਸੀ ਅਸਾਂ ਸਗੋਂ ਉਹਨਾਂ ਮਾਇੰਡ ਬਣਾਇਆ ਸਾ ਚਲੋ ਜੀ ਉਮੀਦ ਕਰ ਸਕਾਂ ਕਿ ਵੀਡੀਓ ਤੁਸਾਂ ਕੀ ਪਸੰਦ ਆਈ ਸੀ ਪਸੰਦ ਆਈ ਬਾਈ ਲੈਕਿਨ ਸ਼ਾਇਦ ਲਾਜ਼ਮੀ ਕਰ ਦਿਓ ਇਨ ਸ਼ਾਅੱਲਾ ਹੁਣ ਫੈਸਲ ਸਾਹਿਬ ਜਿਹੜੇ ਘਰ ਵਾਲੀ ਸਾਈਡ ਦਾ ਮੈਂ ਵੀ ਹੁਣ ਵੀਡੀਓ ਇੱਥੇ ਹੀ ਐਨ ਕਰ ਸਾਂ ਤਾਂ ਇਨ ਸ਼ਾਅੱਲਾ ਕੱਲ੍ਹ ਤੁਸਾਂ ਕਿ ਕਿਸੇ ਨਵੀਂ ਵੀਡੀਓ ਨਾਲ ਮਿਲਣੇ ਵੀ ਉਹ ਜ਼ਿਆਦਾ ਪਹਿਲਾਂ ਸੋਹਣੇ ਨਹੀਂ ਮਿਲਣਾ